ਹਾਂਜੀ ਸਤਿ ਸ਼੍ਰੀ ਅਕਾਲ ਬਾਈ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ ਯੂਟਿਊਬ ਚੈਨਲ 'ਤੇ। ਦੋਸਤੋ, ਅੱਜ ਦੀ ਵੀਡੀਓ ਪਿੰਡ ਬਹਾਦਰਗੜ੍ਹ ਜੰਡੀਆਂ, ਜ਼ਿਲ੍ਹਾ ਬਠਿੰਡਾ, ਤਹਿਸੀਲ ਵੀ ਬਠਿੰਡਾ ਹੀ ਆ, ਨੇੜੇ ਗਿੱਦੜਵਾ ਸ਼ਹਿਰ ਰਹਿ ਜਾਂਦਾ ਮਸਾਂ ਇੱਥੋਂ 2.5-3 ਕਿਲੋਮੀਟਰ ਵਾਂਗੂ ਹੋਣਾ। ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇੱਦਾਂ ਦੀ ਵੀਡੀਓ ਬਣਾਉਣੀ ਹੋਵੇ, ਮੇਰੇ ਨਾਲ ਸੰਪਰਕ ਕਰ ਸਕਦਾ। ਮੇਰਾ ਮੋਬਾਈਲ ਨੰਬਰ 98145-09-68। ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਦਿਓ, ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਕ੍ਰੋਸ ਆਂਗ ਦੀ ਤਾਜੀ ਸੂਈ ਸਵਾਈ ਬੈਡ ਵੇਖ ਰਹੇ ਹਾਂ, ਇਹ ਮਾਤਾ ਦੀ ਸੇਲ ਆ, ਵਿਕਾਊ ਆ। ਇਹਦੀ ਪ੍ਰੋਪਰ ਸਾਰੀ ਇਨਫੋਰਮੇਸ਼ਨ ਤੁਹਾਨੂੰ ਮੈਂ ਹੀ ਦੇਊਂਗਾ, ਮਾਤਾ ਹੁਣੀ ਤੋਰ ਕੇ ਥਣ ਹਵਾਨਾ ਵਿਖਾ ਦੇਣਗੇ। ਮਾਤਾ ਦੱਸਦੀ ਆ ਕਿ ਦੂਜੇ ਸੂਏ ਸੂਈ ਆ, 13-14 ਕਿਲੋ ਖੁੱਲ੍ਹਾ ਦੁੱਧ ਪਿਆ ਜੂ, ਥੋੜ੍ਹਾ ਸਮਾਂ ਹੀ ਹੋਇਆ ਸੂਈ ਨੂੰ, ਜੇਰ ਪੈ ਗਈ ਆ, ਜੇਰ ਵੀ ਤੁਹਾਨੂੰ ਬਾਅਦ 'ਚ ਵਿਖਾ ਦਿੰਦਾ ਮੈਂ। ਹਵਾਨਾ ਬਹੁਤ ਸੋਹਣਾ ਥਣ, ਮੁੱਠੀ ਵਾਲੇ ਹੱਥ ਦੀ ਚਵਾਈ ਵਾਲੇ ਜਾਣ ਵਾਲੇ ਥਣ ਆ, ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ, ਗੈਪ 'ਚ ਨਿਖੜਵੇਂ ਇਕੱਲੇ ਇਕੱਲੇ ਲੱਗੇ ਆ ਹਵਾਨੇ, ਅਤੇ ਬਰੀਕ ਬਰੀਕ ਵੇਂਜ ਵੀ ਚੰਗੀਆਂ। ਦੂਜਾ ਸੂਆ ਤਾਜ਼ੀ ਸੂਈ ਸਵਾਈ, ਕਾਲੇ ਰੰਗ ਦੀ ਵੱਛੀ, ਮਗਰ ਬੱਚਾ ਮੇਲ ਕਾਫ ਬਛੜਾ, ਸੀਲ ਸਭ ਮਾਤਾ ਦੱਸਦੀ ਹੈ ਪੂਰੀ ਹੈ, ਚਵਾਈ ਮਾਤਾ ਦੱਸਦੀ ਹੈ 1 ਨੰਬਰ ਹੈ, ਪਹਿਲਾਂ ਬੋਹਲਾ 'ਚ ਹੋਇਆ, 1 ਨੰਬਰ ਚਵਾਈ ਹੈ, ਮੋਟੀ ਧਾਰ ਆ। ਬਾਅਦ 'ਚ ਤੁਹਾਨੂੰ ਧਾਰਾਂ ਮਾਰ ਕੇ ਵੀ ਵਿਖਾ ਦਿਆਂਗੇ। ਆ ਜੇਰ ਵੇਖ ਲਓ, ਵੀਡੀਓ ਬਣਾਉਣੀ ਕਰਕੇ ਮਾਤਾ ਕਹਿੰਦੀ ਜੇਰ ਨੱਪੀ ਨਹੀਂ, ਬੱਠਲ ਜੇਰ ਦਾ, ਜੇਰ ਵਾਲੇ ਪਾਸੋਂ 101% ਕੰਪਲੀਟ ਹੈ। ਮੱਝ ਵਰਗਾ ਦੁੱਧ ਉਹ ਕਰਮ ਵਾਲੀ ਦਾ, ਗਰਮੀ ਰਹਿਤ, ਦੂਜਾ ਸੂਆ ਤਾਜ਼ੀ ਸੂਈ ਸਵਾਈ ਬੈੜ, ਤੋਰ ਕੇ ਥਣ ਹਵਾਨਾ ਵਿਖਾ ਦਿੰਦੇ। ਹਾਂਜੀ ਮਾਤਾ, ਕੱਢ ਲਈਏ ਬਾਹਰ ਨੂੰ, ਹਵਾਨਾ ਕਰਮ ਵਾਲੀ ਨੇ ਸੋਹਣਾ ਵੱਡਾ ਤਿਆਰ ਕੀਤਾ, ਬਾਕੀ ਹੁਣ ਤੁਹਾਨੂੰ ਤੋਰ ਕੇ ਵਿਖਾ ਦਿੰਦੇ ਹਾਂ। ਚਵਾਈ ਮਾਤਾ ਦੱਸਦੀ ਆ ਪੂਰੀ ਚੰਗੀ ਆ, ਮੋਟੀ ਧਾਰ ਹੈ, ਬਾਅਦ 'ਚ ਤੁਹਾਨੂੰ ਧਾਰਾਂ ਮਾਰ ਕੇ ਵੀ ਮਾਤਾ ਕਹਿੰਦੀ ਵਿਖਾ ਦਿੰਦੇ ਹਾਂ। ਹਵਾਨਾ ਬਹੁਤ ਸੋਹਣਾ, ਫਿਟਿੰਗ ਵਾਲਾ ਠੋਸ ਨਿੱਗਰ ਹਵਾਨਾ, ਗਰਮੀ ਰਹਿਤ, ਦੂਜਾ ਸੂਆ ਤਾਜ਼ੀ ਸੂਈ ਸਵਾਈ ਵੈੜ, ਨਵਾਂ ਹਾਣ ਵੱਛੀ ਹੈ, ਗਰਮੀਓ ਗਰਮੀ ਕਰਮ ਵਾਲੀ, ਵਧੀਆ ਦੁੱਧ ਪਿਆ ਜੂ, ਅਤੇ ਮੱਝ ਵਰਗਾ ਦੁੱਧ ਉਹ ਜਮ੍ਹਾਂ ਚਿੱਟਾ, ਅਤੇ ਗਰਮੀ ਕਰਮ ਵਾਲੀ ਨੇ ਭੋਰਾ ਨਹੀਂ ਮਨਾਉਣੀ। 13-14 ਕਿਲੋ ਮਾਤਾ ਦੱਸਦੀ ਆ ਗਰੰਟੀ ਆ, ਖੁੱਲ੍ਹਾ ਦੁੱਧ ਪਿਆ ਜੂ, ਬਾਕੀ ਇੰਨਾ ਦੁੱਧ ਕਰਮ ਵਾਲੀ ਨੂੰ ਬੜੇ ਆਰਾਮ ਨਾਲ ਚਵਾਉਣਾ ਚਾਹੀਦਾ। ਹੋ ਸਕਦਾ ਤੁਹਾਡੀ ਸੇਵਾ ਸੰਭਾਲ ਗੌਰ ਕੇਅਰ ਵਧੀਆ ਹੋਈ, ਹੋ ਸਕਦਾ 2 ਕਿਲੋ ਵੱਧ ਚਵਾ ਜੇ, ਨਹੀਂ 13-14 ਤਾਂ ਦਰਮਿਆਨੀ ਸੇਵਾ 'ਤੇ ਖੁੱਲ੍ਹਾ ਪਿਆ ਜੂ। ਹੁਣ ਮਾਤਾ ਕਹਿੰਦੀ ਆਪਾਂ ਧਾਰਾਂ ਮਾਰ ਕੇ ਵਿਖਾ ਦਿੰਦੇ ਹਾਂ, ਸੀਲ ਸਭ ਪੂਰੀ ਹੈ, ਕੋਈ ਨਿਆਣਾ ਨਹੀਂ ਲਾਇਆ, ਥਾਪੀ ਮਾਰ ਕੇ ਮਾਤਾ ਬਹਿ ਗਈ ਹੈ। ਆ ਚਵਾਈ ਵੇਖ ਲਓ, ਮੋਟੀ ਧਾਰ ਹੈ, ਕੋਈ ਭੂਰ ਨਹੀਂ, ਛਿੱਟਾ ਨਹੀਂ, ਬਾਕੀ ਤੁਹਾਨੂੰ ਖੜਕੇ ਤੋਂ ਹੀ ਅੰਦਾਜ਼ਾ ਲੱਗਦਾ ਹੋਣਾ, ਪੂਰੀ ਚੰਗੀ ਚਵਾਈ, ਚਾਰਾਂ ਥਣਾਂ 'ਚ ਮਾਤਾ ਨੇ ਧਾਰਾਂ ਮਾਰਤੀਆਂ। ਆ ਦੁਬਾਰਾ ਫਿਰ ਵੇਖ ਲਓ, ਚਵਾਈ ਦੀ 1 ਨੰਬਰ ਹੈ, ਮੋਟੀ ਧਾਰ ਆ, ਕੋਈ ਭੂਰ ਨਹੀਂ, ਛਿੱਟਾ ਨਹੀਂ। ਜਿਹੜੇ ਵੀ ਭੈਣ ਭਰਾ ਦੇ ਇਹ ਦੂਜਾ ਸੂਆ ਤਾਜ਼ੀ ਸੂਈ ਸਵਾਈ ਕਾਲੇ ਰੰਗ ਦੀ ਵੱਛੀ ਪਸੰਦ ਆਉਂਦੀ ਆ, ਮੁੱਲ ਬਿਲਕੁਲ ਜਾਇਜ਼, ਤੁਸੀਂ ਬਾਈ ਮਾਤਾ ਉਹਨਾਂ ਨਾਲ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰ ਲਿਓ। ਮੁੱਲ ਕਰਨ ਨੂੰ ਮਾਤਾ ਕਹਿੰਦੀ 55,000, 60,000 ਜਿੰਨਾ ਮਰਜ਼ੀ ਕਰਾ ਲਓ, 40-7, 47,000 ਦੀ ਵੈੜ ਮਾਤਾ ਕਹਿੰਦੀ ਦੇ ਦੇਣੀ, ਬਿਲਕੁਲ ਜਮ੍ਹਾਂ ਜਾਇਜ਼ ਡਿਮਾਂਡ, ਬਿਲਕੁਲ ਸਸਤੇ ਮੁੱਲ ਦੀ ਦੂਜਾ ਸੂਆ ਤਾਜ਼ੀ ਸੂਈ ਵੈੜ, ਮੱਝ ਵਰਗਾ ਦੁੱਧ ਉਹ ਚਿੱਟਾ ਜਿਹਾ। ਆਪਾਂ 13-14 ਕਿਲੋ ਦੁੱਧ ਵਾਲੀ ਮੱਝ ਲੈਂਦੇ ਹਾਂ, ਘੱਟੋ ਘੱਟ 1 ਲੱਖ ਰੁਪਏ ਦੀ ਆਉਂਦੀ ਹੈ, ਅਤੇ ਇਹਦਾ ਮੁੱਲ ਮੱਝ ਨਾਲੋਂ ਅੱਧਾ, 47,000 ਦੀ ਮਾਤਾ ਕਹਿੰਦੀ ਦੇ ਦੇਣੀ ਹੈ। 47,000 'ਚੋਂ ਛੋੜ ਛਾਪਾ ਮੌਕੇ 'ਤੇ ਮਾਣ ਤਾਣ ਹੋ ਜੂਗਾ।
ਹੋਟ ਛਾਂਗ ਭੋਰਾ ਵੀ ਨਹੀਂ, ਸੋਹਣੇ ਮੁੱਠੀ ਵਾਲੇ ਹੱਥੀ ਚਵਾਈ ਵਾਲੇ ਥਾਨ ਹੈ। ਜਿਹੜੇ ਵੀ ਭੈਣ ਭਰਾ ਦੇ ਇਹ ਦੂਜਾ ਸੂਆ ਤਾਜ਼ੀ ਸੂਈ ਸਵਾਈ, ਜਿਹੜੇ ਵੀ ਭੈਣ ਭਰਾ ਦੇ ਵਹਿੜ ਪਸੰਦ ਆਉਂਦੀ ਹੈ, ਤੁਸੀਂ ਮਾਤਾ ਨਾਲ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰ ਲਿਓ। ਫੋਨ ਨੰਬਰ ਮਾਤਾ ਦਾ ਲਗਾਤਾਰ ਸਕਰੀਨ 'ਤੇ ਚੱਲੀ ਜਾਂਦਾ। ਜੇ ਕਿਸੇ ਨੇ ਘਰ ਆਉਣਾ, ਐਡਰੈਸ ਦੂਰੀ ਵਾਰੀ ਦੱਸ ਦੇਣਾ, ਪਿੰਡ ਬਹਾਦਰਗੜ੍ਹ ਜੰਡੀਆਂ, ਜ਼ਿਲ੍ਹਾ ਬਠਿੰਡਾ, ਤਹਿਸੀਲ ਬਠਿੰਡਾ, ਥਾਨ ਦੁਬਾਰਾ ਵੇਖ ਲਓ, ਬਹੁਤ ਸੋਹਣੇ ਥਾਨ ਆ। ਹੱਥੀ ਚਵਾਈ ਵਾਲੇ ਗੈਪ 'ਚ ਨਿਖੜਵੇਂ ਇਕੱਲੇ ਇਕੱਲੇ ਲੱਗੇ ਆ, ਚਾਰਾਂ ਥਾਣਾਂ ਦਾ ਸੇਮ ਹੀ ਸਾਈਜ਼ ਹੈ। ਬਾਕੀ ਫੋਨ ਨੰਬਰ ਸਕਰੀਨ 'ਤੇ ਆ। ਬਿਲਕੁਲ ਸਸਤੇ ਮੁੱਲ ਦੀ ਦੂਜਾ ਸੂਆ ਤਾਜ਼ੀ ਸੂਈ ਸਵਾਈ ਵੈੜ, ਫੁੱਲ ਸੀਲ ਸਾਊ ਹੈ, ਗਰਮੀਆਂ ਦਾ ਤੋਹਫਾ ਹੀ ਹੈ, ਗਰਮੀਓ ਗਰਮੀ ਕਰਮ ਵਾਲੀ ਵਧੀਆ ਦੁੱਧ ਦੇ ਨਜ਼ਾਰੇ ਦੇ ਦੂਗੀ। ਅਤੇ ਮੁੱਲ ਸਿਰਫ 47,000, ਘਰ ਨੂੰ ਮਾਤਾ ਕਹਿੰਦੀ 55,000, 60,000, ਜਿੰਨਾ ਮਰਜ਼ੀ ਕਰਾ ਲਓ, 47,000 'ਚੋਂ ਮਾਣ ਕਰ ਦਿਆਂਗੇ। ਫੋਨ ਨੰਬਰ ਸਕਰੀਨ 'ਤੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।